वंडरलैंड कहिंदे वी मुंडे मसा मसा खुल्या चा करी पर बाबे एक ध्यान भी जेडे वीर भरा ने जाना एटलीस्ट दो तीन वीक पहला रिजर्वेशन एक एक दो दो बंदे करके करा लो जे मिलदी है कोई सीट छड्डूगा सानू तीन वैसे ता दो तीन महीने गोल्ड पास बाबे गोल्ड पास सानू ना ता जुलाई दी कठिया नू मिल रही है रिजर्वेशन ते ना ही अगस्त दी जुलाई अद्धा रह गया ते अद्धा अगस्त मेरा ना सारा फिर रह गया सेट फिर तू भाई गड्डी च बह जी गड्डी दी राखी रख ली साडियां फोटो खींचनी कह दांगे डिग पिया पास आए किवें कह देंगे भाई तो क्यूआर कोड दिखा दांगे यार हट ले यार आए किवें क्यूआर कोड हैगा का हां क्यूआर कोड फोन ना जी एकदम मौके ते दस दे आ भी मेरा वो रह गया भाई तेरा तो नहीं रह भाई आपा तो पहला जाके ले आए बाबे एक गल यार हुण सुख बहुत हो गया जेड़ा रिजर्वेशन होन लगी है ਇਹਦੇ ਨਾਲ ਬਾਬੇ ਵੀ ਬੰਦਾ ਯਾਰ ਲਿਮਿਟ ਹੀ ਉੱਥੇ ਆ ਸਕਦਾ ਭੀੜ ਭੜੱਕਾ ਘੱਟ ਹੈ ਭੀੜ ਭੜੱਕਾ ਬਹੁਤ ਘੱਟ ਹੈ ਯਾਰ ਤੇ ਨਜ਼ਾਰਾ ਆ ਗਿਆ ਵੀ ਮਤਲਬ ਕਿਸੇ ਮਰਜ਼ੀ ਰਾਈਡ ਤੇ ਜਾਓ ਵੱਧ ਤੋਂ ਵੱਧ 5-6 ਮਿੰਟ ਵੇਟ ਕਰੋਗੇ ਜੇ ਵੱਡੀ ਰਾਈਡ ਆ ਤਾਂ ਮੇ ਵੀ ਅੱਧਾ ਘੰਟਾ ਵੇਟ ਕਰਨੀ ਪੈ ਜੇ ਪਰ ਵੀ ਰਿਜ਼ਰਵੇਸ਼ਨ ਵਾਲਿਆਂ ਕੰਮ ਯਾਰ ਸਿਰਾਂ ਬਣਾਤਾ ਕਾਰੋਬਾਰ ਜਿਵੇਂ ਲਾਸਟ ਵੀਕ ਹੋਈ ਆਪਾਂ ਗਏ ਸੀ 8 ਵਜੇ ਤੇ ਫਿਰ ਜੇ 8 ਵਜੇ ਜਾਓਗੇ ਬਾਈ ਫਿਰ 12 ਘੰਟੇ ਵੇਟ ਕਰਨੀ ਫਿਰ ਦੂਜੇ ਦਿਨ ਖੁੱਲੂਗੀ ਰਾਈਡ ਹਾਂ ਆ ਬਾਈ ਲਾਸਟ ਵੀਕ 8 ਵਜੇ ਲੈ ਗਏ ਅਸੀਂ ਬਸ 2 ਘੰਟਾ ਲਈਆਂ ਪਿਛਲੇ ਵੀਕ ਤੇ ਹੁਣ ਅਸੀਂ ਇੱਥੇ ਨਜ਼ਾਰਾ ਲੈਣਾ ਵਾਟਰ ਪਾਰਕ ਦੇ ਵੀ ਖੁੱਲ ਗਏ मैं बंदा है मान तेन कटना मेरे नहीं दस दाल तेन बाबे हम तारी भी है एक नवा चेहरा पेश करा ब्लॉग च बाकी ज्ञान जा लिया विद्या नानक भी बड़ी है काला इलम का भी ज्ञान लिया मूहरे बिठा जे राज रुके किते दिखाने माहौल चाल सारा आज फिर जुड़े रहो नाल बाकी बाबे सारे नो बेनती है सिंघ व्लॉग्स नो इंस्टाग्राम स्नैपचैट
ਸਨੈਪਚੈਟ ਮੈਂਸ਼ਨ ਕਰੂ ਮੈਂ ਤੁਹਾਨੂੰ ਇਸ ਵੀਡੀਓ ਚ ਕਿਉਂਕਿ ਯਾਰ ਬਾਬੇ ਹੌਲੀ ਹੌਲੀ ਕਰਾਂਗੇ ਅਪਡੇਟ ਮਟੀਰੀਅਲ ਹਜੇ ਵੀ ਨਵਾਂ ਨਵਾਂ ਹੁੰਦਾ ਤੇ ਉਵੇਂ ਹੁੰਦਾ ਬਸ ਕੁਆਲਿਟੀ ਵੀ ਆਊ ਵੀਡੀਓ ਚ ਹਾਂ ਕੰਮ ਦੀਆਂ ਵੀਡੀਓ ਵੀ ਇਨਫੋਰਮੇਸ਼ਨ ਵੀਡੀਓ ਵੀ ਆਉਣਗੀਆਂ ਬਾਕੀ ਤੁਹਾਡੀ ਮਰਜ਼ੀ ਆ ਹਾਂ ਬਾਈ ਆ ਜਿਹੜੀ ਅੱਜ ਵਾਲੀ ਆਪਾਂ ਵੀਡੀਓ ਪਾ ਰਹੇ ਇਹ ਕਿਹੜੀ ਹੈ ਇਹ ਬਾਬੇ ਹੈਗੀ ਆ ਫਨ ਸ਼ਾਨਾਰੀ ਨਹੀਂ ਹੁਣ ਗੱਲ ਪਹਿਲਾਂ ਗਿਆਨ ਦਿੱਤਾ ਆਪਾਂ ਵੀ ਰਿਜ਼ਰਵੇਸ਼ਨ ਹੁੰਦੀ ਆ ਨਹੀਂ 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 ਪਹਿਲਾਂ ਗਿਆਨ ਇਹ ਦਿੱਤਾ ਵੀ ਆਪਦੇ ਪਾਸ ਘਰੇ ਪਰ ਰੱਖ ਜੋ अगले संडे मिलती हूं मैं भी पर कहते पहला करी बैठे हो कहते सब पता भी ए बंद सौ सौ रिजर्वेशन करा ला हां नारियल पानी करना पू तेन भी नारियल नींबू हरिया मिर्चा ਮੈਂ ਤੜਕੇ ਤੜਕੇ ਅਨੁਸਾਰ ਉਹਨੂੰ ਗਾਲਾਂ ਹੀ ਕੱਢੀਆਂ ਦੋ ਉਹਦਾ ਬਾਬਾ ਫਿਰ ਆਪਾਂ ਦੇ ਬਾਬਾ ਉਹਦਾ ਉਹਦੀ ਵੱਡੀ ਕਿਤਾਬ ਆ ਤੂੰ ਤੇਰਾ ਕਾਰਡ ਨਹੀਂ ਕਰ ਸਕਦਾ ਬਾਬਾ ਜੀਟੋ ਦੇਵ ਦਾ ਕੋਈ ਹੋਰ ਜੈਟ ਬਲੈਕ ਇਲਮ ਕੀਤਾ ਹੋਇਆ ਨਾ ਅਰੇ ਕਲਾ ਕਾਲਾ ਦੁਨੀਆ ਦਾ ਸਭ ਤੋਂ ਕਾਲਾ ਇਲਮ ਗੱਲ ਆਪਾਂ ਸਿੱਧੇ ਵੰਡਰ ਲੈਣ ਨਹੀਂ ਜਾਂਦੀ ਅੱਜ ਤੱਕ ਜਾਵਾਂਗੇ ਪੁੱਠੇ ਜਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਰਾਹ ਦਿਖਾਉਣੇ ਆ ਫਿਰ ਬ੍ਰੈਂਪਟਨ ਰੁਕਾਂਗੇ बंदे सच्चे नहीं है बाबे वो पहुंच गए सी आपा जग्गे दे घरे ते मन्ना भी इत्थे आ बाबे बंदे नु कहया सीगा वी दुआले दिन कैमरे दा खड़ा है छड़ दे पर कहंदा ना ब्लॉग च मैं ही नहीं जाऊ तुसी नहीं भाई तू भूल गया ब्लॉग तू स्टार्ट कीता अज्ज ठीक है भाई जी मैं कह रहा सारा ब्लॉग ही असी बनावांगे पर तुसी ना भाई मैं आप जाऊ चॉकलेट डब्बी जी नाल इक बाबे मैं तुम गल आ चाह थोड़ा बहुत खा के फिर वंडरलैंड जाके मिलते हैं बंदे जान नहीं कहना कंटेक्ट कर लियो कहंदा बाई नाल कनेक्ट कर लियो बई किधर लंघ गया तू कि टप गया हाथ चक ਸਰਬਾ ਉਹ ਹਾਂਜੀ ਬਾਬੇ ਉਹ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਦੂਰੀ ਹਰੀ ਵੈਲਕਮ ਟੂ ਵੰਡਰਲੈਂਡ ਮੈਂ ਅੱਗੇ ਵੇਖੀ ਆ ਨਾ ਵੀ ਜ਼ਿੰਦਗੀ ਬਹੁਤ ਹੀ ਘੈਂਟ ਆ ਜੇ ਆਪਾਂ ਨੂੰ
ਵੀ ਵੇਖਾਂਗੇ ਆਹ ਵੇਖੋ ਨਜ਼ਾਰਾ ਜਿੰਦਗੀ ਮੈਂ ਹਾਂ ਬਾਬਿਓ ਬਾਬੇ ਇਹਨਾਂ ਨੂੰ ਕਹਿੰਦੇ ਨਜ਼ਾਰੇ ਬਣੇ ਵੇ ਬਾਬਿਓ ਮੈਂ ਸਿਰਾ ਲੈ ਕੇ ਆਇਆ ਬਾਬਿਓ ਬਾਬਿਆ ਤੂੰ ਨਾ ਵਿਊ ਘੈਂਟ ਨਹੀਂ ਦੇ ਰਿਹਾ ਬੈਸਟ ਵਿਊ ਬਣਾ ਉੱਥੇ ਜਾ ਕੇ ਜਿਹੜੀ ਗੱਲ ਬਣਾਉਣੀ ਆ ਭੱਜੀ ਜਾਂਦੇ ਆ ਮੂਰੇ ਬਾਬਿਓ ਕਾਲੀ ਆ ਨਾ ਮੱਛਾਂ ਨੂੰ ਪਾਣੀ 'ਚ ਵੜਨ ਦੀ ਲਓ ਜੀ ਬਾਬਿਓ ਸਤਿ ਸ਼੍ਰੀ ਅਕਾਲ ਅਦਾਬ ਅਤੇ ਆਹ ਇੱਥੇ ਇੱਕ ਨਿੱਕਾ ਜਿਹਾ ਫੌਲ ਹੈ ਅਤੇ ਆਹ ਸਾਡਾ ਨਿੱਕਾ ਫੌਲ ਹੈ ਆਹ ਬਾਬਿਓ ਦੇਖੋ ਆਪਣਾ ਦੇਸੀ ਸਟਾਈਲ ਆਪਣਾ ਜਮਾਂ ਇੰਡੀਆ ਦੀ ਯਾਦ ਹੈ ਬਾਜ਼ਾਰ ਵਾਲਾ ਝੋਲਾ ਹੈ ਬਾ ਰੌਲਾ ਹੀ ਰੌਲਾ ਘੋਲਾ ਮੋਲਾ ਆ ਜਾਓ ਬਾਬਿਓ ਦੇਖੋ ਦੇਖੋ ਬਾਬਿਓ ਕਿੰਨੀ ਦੁਨੀਆ ਆ ਰਹੀ ਹੈ ਦੇਖੋ 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 ਬਾਬਿਓ ਐਂ ਆਨੰਦ ਲਓ ਭੂਰ ਪੈ ਰਹੀ ਹੈ ਕਿਉਂਕਿ ਇੱਥੋਂ ਪਾਣੀ ਡਿੱਗਦਾ ਬਾਬਿਓ ਲਓ ਜੀ ਬਾਬਿਓ ਆ ਨਾਲ ਆਪਣਾ ਹਿਰਜਾ ਬਰਾੜ ਜਾ ਰਿਹਾ ਹਰਿੰਦਰ ਬਾਈ ਹਰ ਕੇ ਗਏ ਆ ਸਾਨੂੰ ਛੱਡ ਗਏ ਉਹ ਦੇਖੋ ਅੱਗੇ ਹੋਣਗੇ ਬਾਬੇ ਉਹ ਦੇਖੋ ਲਓ ਬਾਬਿਓ ਆ ਗਿਆ ਨੀ ਕਹਿੰਦੇ ਸਿੰਘ ਦਾ ਟਾਈਮ ਸਿੰਘ ਚੱਲਿਆ ਹੋ ਕੇ ਪੂਰਾ ਕੈਮ ਯਾਰ ਆਪਾਂ ਦਵਣਾ ਦਾ ਕਰਮਾ ਚ ਲਿਖਿਆ ਹੀ ਨੀ ਗਾ ਨਾ ਬਾਬੇ ਨਾ ਹਾਂ ਦੁਨੀਆਂ ਨੂੰ ਆਪਾਂ ਲੈ ਨੀ ਬੈਠੇ ਬਾਬੇ ਆ ਕਹਿੰਦੇ ਆ ਰੱਸੀ ਵਾਲੀ ਆ ਇੱਥੋਂ ਨਾ ਕੁਰਸੀ ਜੀ ਉੱਤਰ ਨੂੰ ਜਾਂਦੀ ਬੰਜੀ ਜੰਪਿੰਗ ਜੋ ਵੀ ਸਲਿੰਗ ਸ਼ਾਟ ਸਲਿੰਗ ਸ਼ਾਟ ਆ ਬੰਜੀ ਜੰਪਿੰਗ ਤਾਂ ਦੂਜੀ ਹੁੰਦੀ ਉਹ ਦੇਖੋ ਬਾਬੇ ਇਹ ਚ ਬਿਠਾ ਕੇ ਤੇ ਛੱਡ ਦਿੰਦੇ ਉੱਤਰ ਨੂੰ ਤਾਂ ਤੱਕ ਜਾਂਦਾ ਫਿਰ ਪਹਿਲਾਂ ਸਾਈਨ ਵੀ ਕਰਾਉਂਦੇ ਆ ਬੰਦੇ ਦੇ ਕਿ ਜੇ ਬੰਦੇ ਦੀ ਡੈਥ ਵੀ ਹੋ ਗਈ ਤਾਂ ਬੰਦਾ ਆਪ ਜ਼ਿੰਮੇਵਾਰ ਹਾਂ ਪੱਕੀ ਗੱਲ ਆ ਬਾਬੇ ਓਏ ਆ ਜਾਓ ਪੁੱਤਰੋ ਮੈਂ ਗਿਆ ਪਹਿਲਾਂ ਗਿਆ ਮੇਰੇ ਬੱਚੇ ਮੌਸਮ ਹੋਇਆ ਪਿਆ ਮੱਛ ਗਾਏ ਲਾਲ ਚੱਡੀ ਲਾਲ ਚੱਡੀ ਬਾਈ ਇੱਕ ਨਾ ਬੇਨਤੀ ਆ ਕਿ ਸਾਡੇ ਜੀਤ ਬਾਈ ਦੀਆਂ ਐਨਕਾਂ ਤੇ ਸ਼ਾਹੀ ਆਹੋ ਉਹ ਦੇਖੋ ਬਾਬਿਓ ਵੇਖੋ ਤਰਾਹ ਕੱਢਦੇ ਆ ਪੁੱਤਰੋ ਪਹਿਲਾਂ ਲੋਕਰ ਲਾਉਣ ਨੀ ਆ ਰਹੇ ਫਿਰ ਲਾਵਾਂਗੇ ਜਿੰਦਗੀ ਵਧੀਆ ਨੀ ਹੈਗੀ ਪਰ ਜਦੋਂ ਮੈਂ ਅੰਦਰ ਵੜਿਆ ਜਿੰਦਗੀ ਬਹੁਤ ਚੰਗੀ ਚੰਗੀ ਰੰਗੀਨ ਨਜ਼ਰ ਲੱਗ ਗਈ ਬਹੁਤ ਯਾਰ ਵੀ
ਜਮਾ ਜਿੰਦਗੀ ਬੱਤਰ ਹੋਈ ਪਈ ਆ ਵੀ ਉਹੀ ਕੰਮ ਦੇ ਕੰਮ ਤੇ ਮੁੜਨਾ ਪਰ ਜਦੋਂ ਮੈਂ ਇੱਥੇ ਆਇਆ ਮੈਨੂੰ ਪਤਾ ਲੱਗਿਆ ਵੀ ਯਾਰ ਵੀ ਵਧੀਆ ਇੱਕ ਦਿਨ ਕੱਢੇ ਯਾਰ ਵੀ ਬਾਕੀ ਘੈਂਟ ਕੰਮ ਕਰ ਆ ਬਾਬੇ ਉਹ ਟਰਾਈ ਕਰ ਰਹੇ ਹੋਣੇ ਹੁਣ ਬਾਬੇ ਉਹ ਆਪਾਂ ਇੱਥੇ ਲਿਆ ਗਿਆ ਲੋਕਰ ਠੀਕ ਹੈ ਨਾ ਅਤੇ ਲੋਕਰ ਆਪਾਂ ਡਾਲਰ ਪੇ ਕਰਤੇ ਅਤੇ ਜੋ ਵੀ ਆਪਣਾ ਯਾਰ ਸਮਾਨ ਆ ਹੈ ਨਾ ਵੀ ਜਿੱਦਾਂ ਆਪਣਾ ਹੋ ਜਾਂਦਾ ਗਾ ਵੀ ਗਿੱਲਾ ਸਮਾਨ ਤਾਂ ਉਹ ਆਪਾਂ ਵਿੱਚ ਧਰ ਦਿੰਦੇ ਹੈ ਨਾ ਜੋ ਵੀ ਆਪਣਾ ਫੋਨ ਅਸੈਸਰੀ ਆ ਜੁੱਤੇ ਆਪਾਂ ਵਿੱਚ ਧਰ ਦਿੰਦੇ ਹਾਂ ਓਕੇ ਬਾਬੇ ਹਾਂਜੀ ਬਾਈ ਜੁੱਤੇ ਦੇ ਵਿੱਚ ਰੱਖ ਲਓ ਇਹਦੇ ਹਾਂ ਆ ਲੈ ਜੱਟਾ ਜੱਗਾ ਆਇਆ ਆਪਣਾ ਇਹ ਬੰਦਾ ਪਹਿਲਾਂ ਸਿਕਿਉਰਿਟੀ ਦੇ ਇੱਕ ਇੱਕ ਘੰਟੇ ਦੀ ਸ਼ਿਫਟ ਲਾਉਂਦਾ ਸੀਗਾ ਇਹਦੀ ਜ਼ਿੰਦਗੀ ਖਰਾਬ ਹੋਈ ਪਈ ਸੀ ਪਰ ਫਿਰ ਅਸੀਂ ਜੱਗੇ ਨੂੰ ਇੱਥੇ ਲੈ ਕੇ ਆਂਦਾ ਹੁਣ ਜੱਗੇ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਹੈ ਬਹੁਤ ਵਧੀਆ ਫੀਲ ਹੋ ਰਿਹਾ ਬਈ ਇਕੱਠੇ ਸਾਰੇ ਬਹੁਤ ਟਾਈਮਾਂ ਬਾਅਦ ਹੋਏ ਆ ਵੈਸੇ ਹਾਂ ਛੁੱਟੀ ਨਹੀਂ ਮਿਲਦੀ ਸੀ ਇੱਕੋ ਦਿਨ ਕਿਸੇ ਨੂੰ ਹਾਂ ਬਾਬੇ ਤੇ ਬਾਕੀ ਅੱਜ ਵਧੀਆ ਗਰਮੀ ਹੈਗੀ ਆ ਬੱਦਲ ਹੋਏ ਹੋਏ ਆ ਵਧੀਆ ਚਲੋ ਠੰਡਾ ਠੰਡਾ ਕੂਲ ਕੂਲ ਕਰਾਂਗੇ ਕੂਲ 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 ਰੰਗੀਨ ਮੌਸਮ ਹੈ ਇੱਧਰ ਆ ਯਾਰ ਵਲੌਗਰ ਦੀ ਕੋਈ ਇੱਜ਼ਤ ਹੀ ਨਹੀਂ ਜੱਫਾ ਪੈ ਗਿਆ ਲਓ ਬਾਬੇ ਜ਼ਿੰਦਗੀ ਦਾ ਨਜ਼ਾਰੇ ਉਹ ਕਹਿੰਦੇ ਤਾਂ ਹੀ ਆਉਂਦੇ ਆ ਮੌਤ ਨੂੰ ਮਾਸੀ ਕਹਿਣਗੇ ਜੱਗਾ ਸ਼ਰਟ ਨਹੀਂ ਲਾਉਂਦਾ ਬਾਬੇ ਉਹ ਉੱਤੇ ਲੈ ਗਿਆ ਉਹ ਹਾਂ ਉਹ ਉੱਤੇ ਲੈ ਗਿਆ ਉਹ ਛੱਡਣ ਗਿਆ ਉਹ ਥੱਲੇ ਨੂੰ ਲੈ ਵੀ ਮੌਤ ਨੂੰ ਮਾਸੀ ਕਹਿਣਗੇ ਮੁੰਡੇ ਇਹ ਖੜਾਤੀ ਬਈ ਖੜਾਤੀ ਖੜਾਤੀ ਉੱਥੇ ਬਲੌਗ ਬਹੁਤ ਬਣਾ ਲੇ ਤੇ ਹੁਣ ਐਂ ਕਰੋ ਕਿਰਪਾ ਕਰਕੇ ਕਰੋ ਸਾਰੇ ਨੇ ਆ ਲਾਓ ਮਾੜਾ ਚਲੋ ਬਾਈ ਇਹ ਤਾਂ ਐਵੇਂ ਜਾਵਾਂਗੇ ਬਾਬੇ ਉਹ ਵੰਡਰਲੈਂਡ ਓਏ ਕਿਆ ਬਾਤ ਹੈ ਬਾਬੇ ਕਿਆ ਬਾਤ ਆ ਗਈ ਆ ਗਈ ਆ ਗਈ ਬਾਬੇ ਕਿੰਨਾ ਕੁ ਟਾਈਮ ਪਾਣੀ ਚ ਰਹਿ ਸਕਦਾ ਫੋਨ ਨਾ ਯਾਰ ਪਾਣੀ ਆ ਜਾਈ ਜਾਂਦਾ ਬਾਈ ਇੱਥੋਂ ਤੱਕ ਤਾਂ ਜਾਈ ਨਹੀਂ ਜਾਣਾ ਗਾ ਉਹ ਨਹੀਂ ਮੈਨੂੰ ਆਉਂਦੀ ਆਉਂਦੀ ਬਾਈ ਛਾਲ ਛੂਲ ਮਾਰਨੀ ਆਉਂਦੀ ਉਹ ਇਹਨਾਂ ਨੂੰ ਤਾਂ ਰੋਕ ਲਾ ਉਹ ਬਾਈ ਓਏ 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 ਇੱਧਰ ਆ ਜਾਓ ਉਹਨੇ ਜਾਂਚਾ ਕੇ ਉਹ ਨਾ ਕੌਣ
ਮਿੱਤਰੋ ਬਹੁਤ ਨਿਆਰਾ ਆ ਰਿਹਾ ਹੈ। ਓਏ ਮੇਰੀ ਗੱਲ ਸੁਣੀ, ਉਹ ਮਾਸਕ ਜੀ ਤਾਂ ਜੇਬ ਚ ਗਿੱਲੇ ਹੋ ਗਏ। ਅਸੀਂ ਅੱਗੇ ਜਾਣਾ ਚਾਹੁੰਦੇ ਸੀ ਪਰ ਉਹ ਕਹਿੰਦੇ ਕਹਿੰਦੇ ਅੱਗੇ ਡੂੰਡਾ, ਕਹਿੰਦੇ ਲਾਈਫ ਜੈਕਟ ਪਾਉਣੀ ਪਊ। ਤੇ ਹੁਣ ਲਾਈਫ ਜੈਕਟ ਪਾਉਣ ਆਏ ਆ ਚੋਪਰ ਹੋਰੀ। ਇਹ ਤਾਂ ਛੋਟੀ ਆ ਬਾ, ਓਏ ਆ ਤਾਂ ਛੋਟੀ ਰਿਸ਼ੀ ਭਾਈ, ਵੱਡੇ ਬੰਦੇ ਆ ਬਈ ਆਪਾਂ। ਚੋਪਰ ਲਾਈਫ ਜੈਕਟ ਪਾ ਕੇ ਅਸੀਂ ਜਮਾ ਗਾਂ ਤੱਕ ਲਾਉਣੀ ਆ ਰੇਸ $1,000 ਦੀ, ਤੇ ਫਿਰ ਜਮਾ ਚਿੱਲ ਕਰਨਾ ਬਈ। ਓ ਬੱਲੇ ਬਾਬੇ, ਓਏ ਆ ਜਾ ਹਰਿੰਦਰ, ਓਏ ਓਏ ਮਾਰੀ ਨਾ ਬਾਊ ਜੀ। ਕੌਣ ਸੋਚਿਆ ਥਾ ਬਾਊ ਜੀ ਆਪਨੇ ਕਿ ਪਾਣੀ ਮੇ ਨਹੀਂ ਆਏਗੇ ਕਿਆ? ਬਾਊ ਬਹੁਤ ਹੀ ਜ਼ਿਆਦਾ ਨਿਆਰਾ ਆ ਰਿਹਾ, ਜ਼ਿੰਦਗੀ 'ਚ ਮੈਂ ਤਾਂ ਕਦੇ ਸਵੀਮਿੰਗ ਕੀਤੀ ਨਹੀਂ ਸੀ। ਓਏ ਲੱਤਾਂ ਨਹੀਂ ਲੱਗਦੀਆਂ, ਓਏ ਲੱਤਾਂ ਨਹੀਂ ਲੱਗਦੀਆਂ, ਉਹ ਬਾਣਾ ਛੱਡੀ ਡੁੱਬ ਜੂ। ਓਏ ਓਏ ਛੱਡ, ਓਏ ਨਾ, ਓਏ ਕੁਛ ਨਹੀਂ ਹੁੰਦਾ।